ਸਤਿ ਸ਼੍ਰੀ ਅਕਾਲ ਦੋਸਤੋ, ਤੁਹਾਨੂੰ ਪਤਾ ਅਸੀਂ ਜਿਵੇਂ ਕਿ ਤੁਹਾਡੇ ਨਾਲ ਨਵੇਂ ਨਵੇਂ ਸ਼ਖਸੀਅਤਾਂ ਨੂੰ ਮਿਲਾਉਂਦੇ ਰਹਿੰਦੇ ਹਾਂ। ਅੱਜ ਅਸੀਂ ਆਏ ਹਾਂ ਚਿੜੀਏ ਦੇ ਚੰਬੇ ਦੀ ਪ੍ਰੀਮੀਅਰ 'ਤੇ ਮੈਮ ਨਾਲ ਗੱਲ ਕਰਦੇ ਹਾਂ। ਇਹਦਾ ਕਿਰਦਾਰ ਇੱਕ ਬਹੁਤ ਸੋਹਣਾ ਕਿਰਦਾਰ ਆ ਜਿਹਦੇ ਵਿੱਚ ਇਹਨਾਂ ਦਾ ਨਾਮ ਆ ਚਿੜੀ, ਚਿੜੀਆ ਦੇ ਚੰਬੇ 'ਚ ਵੀ ਇੱਕ ਚਿੜੀ। ਹਾਂਜੀ ਮੈਮ, ਕੰਮ ਕਰਕੇ ਕਿਵੇਂ ਲੱਗਿਆ ਪ੍ਰੇਮ ਸਿੱਧੂ ਸਰ ਨਾਲ? ਬਹੁਤ ਜ਼ਿਆਦਾ ਵਧੀਆ ਲੱਗਿਆ। ਮੈਂ ਆਪਣੀ ਪੰਜਾਬੀ ਇੰਡਸਟਰੀ 'ਚ ਡੈਬਿਊ ਕਰ ਰਹੀ ਹਾਂ, ਫਿਲਮ ਇੰਡਸਟਰੀ 'ਚ, ਅਤੇ ਪ੍ਰੇਮ ਸਰ ਨਾਲ ਕੰਮ ਕਰਕੇ ਮਤਲਬ ਮੇਰੇ ਕੋਲ ਸ਼ਬਦ ਨਹੀਂ ਹੈ ਸੀਰੀਅਸਲੀ ਬਿਆਨ ਕਰਨ ਲਈ, ਬਟ ਹੀ ਇਜ਼ ਵਨ ਆਫ ਦੀ ਮੋਸਟ ਸੁਪਰ ਫੰਟੈਬਿਲਸ ਡਾਇਰੈਕਟਰਸ ਇਨ ਦਿਸ ਹੋਲ ਇੰਡਸਟਰੀ, ਠੀਕ ਹੈ। ਅਤੇ ਉਹਨਾਂ ਨੇ ਜਿਵੇਂ ਮੈਨੂੰ ਮੇਰੀ ਲੈਂਗੁਏਜ ਪੁਆਦੀ ਸੀਗੀ, ਉੱਥੇ ਜਿਵੇਂ ਪਕੜ ਕਰਨੀ ਸਿਖਾਈ, ਸੀਨ ਦੀ ਗਹਿਰਾਈ ਨੂੰ ਸਮਝਾਇਆ ਸਾਨੂੰ ਸਾਰਿਆਂ ਨੂੰ, ਬਿਕੋਜ਼ ਇਹ ਬਹੁਤ ਜ਼ਿਆਦਾ ਗੰਭੀਰ ਵਿਸ਼ੇ ਹੈ ਜਿਹਦੇ 'ਚ ਉਹਨਾਂ ਨੇ ਬਹੁਤ ਸਾਰੇ, ਬਿਕੋਜ਼ ਆਪਾਂ ਥੀਏਟਰ ਐਕਟਰਾਂ ਤਾਂ ਆਪਾਂ ਉਹ ਸੀਨ ਦੀ ਫੀਲ ਨੂੰ ਪਕੜ ਲੈਂਦੇ ਹਾਂ, ਬਟ ਉਹਨਾਂ ਨੇ ਬਹੁਤ ਕਾਮਲੀ ਹੈਂਡਲ ਕਰਿਆ, ਬਿਕੋਜ਼ ਉਹਨਾਂ ਕੋਲ 4 ਕੁੜੀਆਂ ਸੀ ਅਤੇ ਸਾਰਿਆਂ ਦੀ ਸਟੋਰੀਜ਼ ਨੂੰ ਇਕੱਠੇ ਲੈ ਕੇ ਚੱਲਣਾ। ਸੋ ਹੀ ਵਿਲ ਆਲਵੇਜ਼ ਬੀ ਮਾਈ ਗੋਡ ਫਾਦਰ ਫੋਰ ਦਿਸ ਇੰਡਸਟਰੀ, ਬਿਕੋਜ਼ ਉਹਨਾਂ ਨੇ ਮੈਨੂੰ ਪਹਿਲੀ ਵਾਰ ਚਾਂਸ ਦਿੱਤਾ। ਪੁਆਧੀ ਮੈਡਮ, ਪੁਆਧੀ ਬੋਲਣੀ ਬੋਲੀ ਸਿੱਖੀ ਹੋਣੀ ਆ ਪਹਿਲਾਂ, ਹਨਾ, ਸੁਣਿਆ ਔਰ ਸਰਚ ਕਰੀ ਹੋਣੀ ਆ, ਕਿਵੇਂ ਸੀ ਉਹ ਐਕਸਪੀਰੀਅੰਸ? ਐਕਚੁਅਲੀ ਸਾਡੇ ਕੋਲ ਰਿਸਰਚ ਕਰਨ ਦੇ ਨਾ ਟਾਈਮ ਨਹੀਂ ਸੀਗਾ, ਹਨਾ, ਵਰਕਸ਼ਾਪਸ ਵਗੈਰਾ ਜ਼ਿਆਦਾ ਲਾਉਣ ਦਾ, ਬਟ ਔਨ ਸੈਟ ਸਾਡੇ ਕੋਲ ਜੋ ਅਮਨ ਹੈ ਨਾ ਉਹ ਉਸ ਫਿਲਮ 'ਚ ਉਹਨਾਂ ਨੂੰ ਪੁਆਧੀ ਬਹੁਤ ਚੰਗੀ ਤਰ੍ਹਾਂ ਆਉਂਦੀ ਸੀ ਤਾਂ ਉਹਨਾਂ ਨੇ ਕਾਫੀ ਹੈਲਪ ਕੀਤਾ ਮੈਨੂੰ ਉਸ। ਬਹੁਤ ਵਧੀਆ ਮੈਡਮ, ਹਨਾ, ਤੁਸੀਂ ਪੂਰੀ ਫਿਲਮ ਦੇਖੀ ਹੈ ਨਾ, ਪੂਰੀ ਸਟਾਰ ਕਾਸਟ ਦਾ ਕੰਮ ਦੇਖਿਆ, ਹਨਾ, ਕਿਵੇਂ ਲੱਗਿਆ? ਬਹੁਤ ਜ਼ਿਆਦਾ ਵਧੀਆ ਲੱਗਿਆ। ਇਨਫੈਕਟ ਮੈਂ ਸਭ ਤੋਂ ਮਤਲਬ ਇੱਕ ਜੋ ਸ਼ਿਫਟ ਆਇਆ ਨਾ ਫਿਲਮ 'ਚ, ਇੱਕ ਤਾਂ ਜਦੋਂ ਐਕਸ਼ਨ ਸੀਕੁਐਂਸ ਆਉਂਦਾ ਚਾਰੋਂ ਕੁੜੀਆਂ ਦਾ, ਕਿਆ ਜੋਸ਼ ਆਇਆ ਮੇਰੇ 'ਚ ਮੈਂ ਦੱਸ ਨਹੀਂ ਸਕਦੀ। ਤੇ ਦੂਜੀ ਗੱਲ, ਜਦੋਂ ਸ਼ਿਵਜੋਤ ਸਰ ਦੀ ਅੱਖਾਂ ਖੁੱਲਦੀਆਂ ਸਕਰੀਨ ਤੇ, ਮਤਲਬ ਉਹ ਬਿਲਕੁਲ ਹੀ ਇਦਾਂ ਡਿਫਰੈਂਟ ਸ਼ਿਫਟ ਆਉਂਦਾ ਹੈ ਫਿਲਮ 'ਚ, ਤਾਂ ਉਹ ਕਾਫੀ ਜ਼ਿਆਦਾ ਐਕਸਾਈਟਿੰਗ ਸੀ ਮੇਰੇ। ਮੈਮ ਐਕਸ਼ਨ ਸੀਨ ਕਰਕੇ, ਹੈ ਨਾ, ਕਿਵੇਂ ਲੱਗਿਆ? ਧਾਕੜ ਫੀਲਿੰਗ ਆਉਂਦੀ ਹੈ ਸਰ, ਕਿਉਂਕਿ ਆਪਾਂ ਕੁੜੀਆਂ ਨੂੰ ਐਕਸ਼ਨ ਕਰਦੇ ਹੋਏ ਹਾਲੀਵੁੱਡ ਫਿਲਮਸ 'ਚ ਹੀ ਦੇਖਦੇ ਹਾਂ ਮੋਸਟਲੀ, ਹੁਣ ਬਾਲੀਵੁੱਡ ਫਿਲਮਸ 'ਚ ਵੀ ਦੇਖਣ ਲੱਗ ਗਿਆ। ਤੇ ਜੋ ਪ੍ਰੇਮ ਸਰ ਨੇ ਰੀਤ ਚਲਾਈ ਹੈ ਕਿ ਕੁੜੀਆਂ ਵੀ ਐਕਸ਼ਨ ਕਰ ਸਕਦੀਆਂ ਤੇ ਆਪਣੇ ਵਿਊਜ਼ ਫੁੱਲੀ ਐਕਸਪ੍ਰੈਸ ਕਰ ਸਕਦੀਆਂ, ਹੈਟਸ ਆਫ ਟੂ ਯੂ ਸਰ, ਥੈਂਕ ਯੂ ਸਰ। ਇੱਕ ਤਰ੍ਹਾਂ ਦਾ ਇਹ ਕਹਿ ਸਕਦੇ ਹੋ ਰੋਮਾਂਟਿਕ ਸੀਨ 'ਚੋਂ ਜਾਂ ਕਾਮੇਡੀ ਸੀਨ 'ਚੋਂ ਕੱਢ ਕੇ, ਹੈ ਨਾ, ਐਕਸ਼ਨ ਵੱਲ ਲੈ ਕੇ ਜਾ ਰਹੇ ਨੇ। ਡੈਫੀਨੇਟਲੀ ਡੈਫੀਨੇਟਲੀ। ਤੇ ਅਗਰ ਆਪਾਂ ਆਪਣੀ ਫਿਲਮ ਦੇਖਾਂਗੇ ਤੇ ਇਹਦੇ 'ਚ ਉਦਾਂ ਦਾ ਸੀਨ ਵੀ ਹੈਗਾ, ਮਤਲਬ ਪਿਆਰ ਵੀ ਦਿਖਾਇਆ, ਠੀਕ ਹੈ, ਇੱਕ ਸਟੋਰੀ 'ਚ, ਤੇ ਬਾਕੀ ਹੋਰ ਵੀ ਬਹੁਤ ਵਿਸ਼ੇ ਕਵਰ ਕੀਤੇ ਗਏ ਨੇ, ਮੈਂ ਸਭ ਨਹੀਂ ਰਿਵੀਲ ਕਰੂੰਗੀ, ਤਾਂ ਪਲੀਜ਼ ਜਾ ਕੇ ਦੇਖੋ ਇਹ ਸਿਨੇਮਾ ਘਰਾਂ 'ਚ, ਸਾਨੂੰ ਬਹੁਤ ਪਿਆਰ ਦੀ ਲੋੜ ਹੈ ਤੁਹਾਡੀ। ਮੈਮ ਆਉਣ ਵਾਲੇ ਪ੍ਰੋਜੈਕਟ? ਆਉਣ ਵਾਲੇ ਪ੍ਰੋਜੈਕਟ ਮੇਰੀ ਦੋ ਵੈਬ ਸੀਰੀਜ਼ ਆਉਣ ਵਾਲੀਆਂ, ਇੱਕ ਮੇਰੀ ਐਮਾਜ਼ੋਨ ਹਿੰਦੀ ਦੀ ਵੈਬ ਸੀਰੀਜ਼ ਹੈ, ਮੈਂ ਨੇਮ ਨਹੀਂ ਰਿਵੀਲ ਕਰ ਸਕਦੀ, ਤੇ ਇੱਕ ਪੰਜਾਬੀ ਵੈਬ ਸੀਰੀਜ਼ ਹੈ ਫਿਲਹਾਲ ਇਹੀ ਨੇ, ਤੇ ਬਾਕੀ ਮੈਂ ਲੀਡ ਰੋਲਸ ਲਈ ਬਹੁਤ 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 ਜ਼ਿਆਦਾ ਵੇਟ ਕਰ ਰਹੀ ਹਾਂ, ਤਾਂ ਕਿ ਮੈਂ ਆਪਣੇ ਆਪ ਨੂੰ ਹੋਰ ਬਿਹਤਰ ਤਰੀਕੇ ਨਾਲ ਪ੍ਰੂਵ ਕਰ ਸਕਾਂ ਤੇ ਮੰਜੀ ਹੋਈ ਕਲਾਕਾਰ ਬਣ ਸਕਾਂ। ਠੀਕ ਹੈ ਮੈਮ, ਥੈਂਕ ਯੂ ਜੀ, ਬਹੁਤ ਵਧੀਆ ਲੱਗਿਆ, ਹੈ ਨਾ, ਗੱਲ ਕਰਕੇ। ਤੇ ਚਿੜੀਆਂ ਦੇ ਚੰਬੇ ਬਾਰੇ ਦੋ ਬੋਲ ਕਹਿ ਦਿਓ ਆਡੀਅੰਸ ਨੂੰ। ਚਿੜੀਆਂ ਦਾ ਚੰਬਾ ਸੋਚ ਦੀ ਆਜ਼ਾਦੀ ਨੂੰ ਬਿਆਨ ਕਰਦੀ ਹੈ। ਦੋ ਸ਼ਿਵਜੋਤ ਸਰ ਤੇ ਮੈਂ ਅਸੀਂ ਡੈਬਿਊ ਕੀਤਾ ਤੇ ਹੋਰ ਵੀ ਬਹੁਤ ਮਜੇ ਹੋਏ ਕਲਾਕਾਰ ਨੇ ਇਸ ਫਿਲਮ 'ਚ, ਜੋ ਕਿ ਤੁਹਾਡੀ ਸਟੋਰੀਆਂ ਨੂੰ ਦਰਸਾਉਂਦੇ ਆ। ਜਾ ਕੇ ਦੇਖੋ ਨਾ ਪਲੀਜ਼ ਸਿਨੇਮਾ ਕਰਨ, ਸਾਰੀ ਸਟੋਰੀ ਤੁਹਾਡੇ ਬਾਰੇ ਤਾਂ ਹੈ। ਸਟੀਵਨ ਸਿਨੇਮਾਜ਼ ਫਰੋਮ 13th ਅਕਟੂਬਰ। ਥੈਂਕ ਯੂ। ਥੈਂਕ ਯੂ ਮੈਮ। ਜਿਵੇਂ ਕਿ ਤੁਸੀਂ ਸੁਣਿਆ ਮੈਡਮ ਤੋਂ, ਹੈ ਨਾ, ਕਿ ਚਿੜੀਆਂ ਦਾ ਚੰਬਾ ਚਿੜੀਆਂ ਦਾ ਹੀ ਚੰਬਾ ਨਹੀਂ ਹੈਗਾ, ਚਿੜੀਆਂ 'ਚੋਂ ਉਡਾਰੀ ਵੀ ਮਾਰਦੀਆਂ ਨੇ। ਤੇ ਕਿਹੜਾ 13 ਤਰੀਕ ਨੂੰ ਕੱਲ੍ਹ ਦੀ ਡੇਟ ਆ, 100 ਰੁਪਏ ਟਿਕਟ ਆ, ਜ਼ਰੂਰ ਜਾ ਕੇ ਦੇਖਿਓ ਸਾਰੇ ਚਿੜੀਆਂ ਦਾ ਚੰਬਾ ਫਿਲਮ। ਤੇ ਮੈਂ ਤੁਹਾਡਾ ਦੋਸਤ ਸਿਮਰਨਜੀਤ ਸਿੰਘ, ਮੇਰਾ ਕੈਮਰਾਮੈਨ ਮਨਿੰਦਰ ਸਿੰਘ, ਧੰਨਵਾਦ।